हाँ जी मेरे प्यारे वीरो, तुहाडा अपना राठी वीर जो कि मैं तुहानूं दिखाउण जा रहे हैं मानसा जिले की भैणी वाघा की सुसायटी, किसान सुसायटी जिन्हों आपां कहिंदे आ, किसानां दीआं सहूलतां वास्ते जिहड़ी सरकार सानूं संद दिंदी आ। बहुत सारियां सुसायटियां साडे जिले दे विच होणगीआं, बाकी तां मैं वेखियां नहीं। इत्थे जदों मैं अज आया तां मेरा बड़ा मन खुश होया। वेखो किसान वीर, आपो अपने संद तां सारे साफ करदे होणगे अपने घरां दे विच। इत्थों दे जिहड़े मुलाजम ने ड्यूटी ते ने, उहनां वीरां दे हत्थां विच मैं पाइप वेखी, तुसीं वेख रहे हो किन्नीआं महंगीआं मशीनां ਸਾਡੀਆਂ ਸਰਕਾਰ ਸਾਡੀਆਂ ਸਰਕਾਰਾਂ ਸਾਡੇ ਕਿਸਾਨ ਵੀਰਾਂ ਨੂੰ ਦਿੰਦੀਆਂ ਨੇ। ਤੁਸੀਂ ਵੇਖੋ ਕਿਸ ਤਰ੍ਹਾਂ ਇਹਨਾਂ ਵੀਰਾਂ ਨੇ ਆਪਣੇ ਹੱਥੀਂ ਇਸ ਮਸ਼ੀਨਾਂ ਸਾਫ ਕੀਤੀਆਂ, ਕੋਈ ਦਿਹਾੜੀਆਂ ਨਹੀਂ ਲਾਇਆ, ਕੁਛ ਨਹੀਂ ਲਾਇਆ, ਆਪਣੇ ਹੱਥੀਂ ਆਪ ਸਾਫ ਕਰ ਰਹੇ ਨੇ, ਤੁਸੀਂ ਵੇਖ ਰਹੇ ਹੋ। ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਵੀ ਦਿਖਾਉਣ ਜਾ ਰਿਹਾ, ਤੁਸੀਂ ਵੇਖ ਸਕਦੇ ਹੋ ਫਰਸ਼ ਕਿਸ ਤਰ੍ਹਾਂ ਵੀਰਾਂ ਨੇ ਚਮਕਾਇਆ, ਕਿੰਨੀ ਮਿਹਨਤ ਦੇ ਨਾਲ। ਤੁਸੀਂ ਵੇਖ ਸਕਦੇ ਸਾਰੀ ਸੁਸਾਇਟੀ ਦੇ ਵਿੱਚ ਹਰ ਇੱਕ ਚੀਜ਼ ਇੱਥੋਂ ਮਿਲਦੀ ਹੈ, ਬਹੁਤ ਸਾਰੀਆਂ ਕਿਸਾਨ ਵੀਰਾਂ ਨੂੰ ਸਹੂਲਤਾਂ। ਸਫਾਈ ਤੁਹਾਨੂੰ ਆਪਣੇ ਆਪ ਦੱਸ ਰਹੀ ਹੈ ਜੋ ਕਿ ਮੈਂ ਇਹਨਾਂ ਵੀਰਾਂ ਤੋਂ ਪੁੱਛ ਰਿਹਾ। ਹਾਂਜੀ ਵੀਰ ਜੀ, ਤੁਹਾਨੂੰ ਇਹ ਕਿੱਦਾਂ ਲੱਗਿਆ ਵੀ ਅਸੀਂ ਆਪਣੀ ਸੁਸਾਇਟੀ ਨੂੰ ਆਪ ਸਵਾਰੀਏ? ਸਫਾਈ ਸੋਹਣੀ ਲੱਗਦੀ ਹੈ ਜੀ। ਵਾਜੀ ਵਾ, ਕੀ ਨਾਮ ਵੀਰ ਜੀ ਆਪਣਾ? ਅਮਰੀਕ ਸਿੰਘ। ਵਾਜੀ ਵਾ, ਅਮਰੀਕ ਸਿੰਘ ਜੀ ਸਲਾਮ ਹੈ ਤੁਹਾਨੂੰ। ਹਾਂਜੀ ਮੇਰੇ ਵੀਰ ਜੀ, ਦਰਸ਼ਨ ਸਿੰਘ ਜੀ ਆਪਣਾ, ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਹੈ ਜੀ ਕਿ ਤੁਸੀਂ ਇੱਥੇ ਸੀਨੀਅਰ ਹੋ। ਤੁਹਾਨੂੰ ਇਹ ਟੈਲੈਂਟ ਕਿੱਦਾਂ ਦਾ ਲੱਗਿਆ? ਉਹਦੇ ਕੰਮ ਹੋ ਗਏ। ਵਾਜੀ ਵਾ, ਵਾਜੀ ਵਾ, ਕਦੇ ਇਹੀ ਕੰਮ ਹੀ ਕਰਦੇ ਆ, ਕਦੇ ਕਿਸੇ ਦਿਹਾੜੀ ਨੂੰ ਨਹੀਂ ਬੁਲਾਇਆ ਤੁਸੀਂ? ਨਾ, ਇਹ ਤਾਂ ਆਏ ਹਫਤੇ ਹੋ ਕਰਦੇ। ਵਾਜੀ ਵਾ, ਵਾਜੀ ਵਾ, ਵਾਜੀ ਵਾ, ਆਏ ਹਫਤੇ ਹੋ। ਹਾਂਜੀ ਬਜ਼ੁਰਗ, ਕੀ ਨਾਮ ਆਪਣਾ? ਹਾਂਜੀ ਸੁਖਦੇਵ ਸਿੰਘ ਜੀ, ਤੁਹਾਨੂੰ ਕਿੱਦਾਂ ਲੱਗਿਆ ਇਹ? ਬਹੁਤ ਵਧੀਆ ਜੀ। ਵਾਜੀ ਵਾ, ਵਾਜੀ, ਬਹੁਤ ਵਧੀਆ। ਇਹ ਅਸੀਂ ਕਦੇ ਕੋਈ ਦਿਹਾੜੀਆਂ ਨਹੀਂ ਲਾਇਆ ਇੱਥੇ ਮੁਲਾਜ਼ਮੀ ਨਾਲ ਮਿਲ ਕੇ। ਵਾਜੀ ਵਾ, ਬਸ ਆਪ ਹੀ ਸਫਾਈ ਕਰਦੇ ਆ, ਆਪ ਹੀ ਸੰਭਰਦੇ ਆ। ਵਾਜੀ ਵਾ, ਧੋ ਦਵਾਈ ਵੀ ਬਹੁਤ ਵਧੀਆ ਸਾਫ ਰੱਖਦੇ ਆ। ਵਾਜੀ ਵਾ। ਹਾਂਜੀ ਮੇਰੇ ਪਿਆਰੇ ਵੀਰੋ, ਤੁਹਾਨੂੰ ਬੇਨਤੀ ਕਰਦੇ ਆ ਬਾਕੀ ਸਟੈਟੀਆਂ ਵਾਲੇ ਵੀਰਾਂ ਨੂੰ ਵੀ, ਤੁਸੀਂ ਸੇਧ ਲੈਣੀ ਚਾਹੀਦੀ ਹੈ ਸਾਨੂੰ, ਜੋ ਕਿ ਇਹੋ ਜਿਹੇ ਮੁਲਾਜ਼ਮ ਸਾਡੀਆਂ ਸਰਕਾਰਾਂ ਨੂੰ ਚਾਹੀਦੇ ਆ। ਸਾਡਾ ਪੰਜਾਬ, ਸਾਡਾ ਭਾਰਤ ਬਹੁਤ ਤਰੱਕੀ ਦੇ ਵਿੱਚ ਜਾ ਸਕਦਾ ਹੈ ਜੇ ਅਸੀਂ ਇਹੋ ਜਿਹੇ ਉਪਰਾਲੇ ਕਰੀਏ। ਵੇਖੋ ਕੋਈ ਦਿਹਾੜੀਆਂ ਨਹੀਂ ਲਾਉਂਦੇ, ਇਹ ਕਿੱਡੀ ਵੱਡੀ ਸਟੈਟੀ ਹੈ, ਤੁਸੀਂ ਵਿਹੜਾ ਵੇਖ ਸਕਦੇ ਹੋ। ਹਰ ਹਫਤੇ ਬਾਅਦ ਕਹਿੰਦੇ ਅਸੀਂ ਸਫਾਈ ਕਰਦੇ ਹਾਂ ਇਸ ਦੀ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਇਲਾਕੇ ਦੀਆਂ ਸੁਸਾਇਟੀਆਂ, ਉਹਨਾਂ ਨੂੰ ਵੀ ਇਸ ਤਰ੍ਹਾਂ ਉਪਰਾਲਾ ਕਰਨਾ ਚਾਹੀਦਾ। ਤੁਹਾਡਾ ਆਪਣਾ ਰਾਠੀ ਵੀਰ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰ ਜੀ, ਵੱਧ ਤੋਂ ਵੱਧ ਕਮੈਂਟ ਕਰਿਓ। ਤੁਹਾਡਾ ਆਪਣਾ ਰਾਠੀ ਵੀਰ।